ਪਿੰਡ ਮਾਣ ਰਹੀ ਹੈ। ਹਨੀ ਪੰਡਿਤ ਬੁੱਲੋਵਾਲ ਪਿੰਡ ਦਾ ਇਸ ਵੇਲੇ ਪਾਉਣ ਦੇ ਲਈ ਵਧਿਆ ਹੋਇਆ ਕਬੱਡੀ। ਪਿਪਲੀ ਹਰਿਆਣੇ ਦੇ ਚਾਰ ਜਾਫੀ ਤਿਆਰ ਵਰ ਤਿਆਰ ਨੇ। ਹੁਣ ਕਿਹੜਾ ਨੌਜਵਾਨ ਗੱਭਰੂ ਦਿਮਾਗ ਦੇ ਨਾਲ ਜੱਫਾ ਲਾਊ। ਅੱਜ ਤੇ ਗਰਮੀ ਵੀ ਘੱਟ ਹੈ ਮਿੱਤਰੋ, ਪਰ ਹਨੀ ਹੱਸਦਾ ਨੱਚਦਾ ਟੱਪਦਾ। ਪਿਛਲੇ ਦਿਨੀ ਮਲੇਸ਼ੀਆ ਗਏ, ਇੱਕ ਮਿੰਟ ਸੁਣੀ ਗੱਲ, ਪਿਛਲੇ ਦਿਨੀ ਮਲੇਸ਼ੀਆ ਗਏ, ਇਹ ਰੋਈ ਜਾਵੇ। ਮੈਂ ਕਿਹਾ ਤੈਨੂੰ ਕੀ ਹੋ ਗਿਆ, ਅਸੀਂ ਬਾਹਰ ਸੀ ਇਹ ਘਰੇ ਸੀਗਾ। ਕਹਿੰਦਾ ਮੰਮੀ ਦੀ ਯਾਦ ਆਉਂਦੀ ਹੈ। ਇਹ ਕਈ ਵਾਰੀ ਥਾਪੀਆਂ ਥੁਪੀਆਂ ਮਾਰ ਕੇ ਅਗਲਾ ਕਹਿੰਦਾ ਯਾਰ ਪਤਾ ਨਹੀਂ ਕਿੰਨਾ ਕੁ ਹੋਸ਼ ਹੈ, ਪਰ ਬੰਦਾ ਬੜਾ ਵਧੀਆ ਹੈ। ਹਨੀ ਪੰਡਿਤ ਦੇ ਨਾਂ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ, ਇਨਸਾਨ ਬੜਾ ਵਧੀਆ ਹਨੀ ਪੰਡਿਤ। ਵਾਹ ਹਨੀ, ਜਿਉਂਦਾ ਵਸਦਾ ਰਹਿ ਜਾਂਦਾ, ਤੇਰੇ ਵਸਦੇ ਰਹਿਣ ਚ ਮਾਰੇ ਕੌਡੀਆਂ ਪਾਉਣ ਵਾਲੇ ਹੈ। ਹਰ ਵੱਲੋਂ ਆਇਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਓ ਹਨੀ ਪੰਡਿਤ ਬੁੱਲੋ ਵਾਲੀਆ ਸੁਖਰਾਜ ਚੱਕ ਮਾਈਕ ਲਓ। ਬੁੱਲੋ ਵਾਲੀਆ ਪੰਡਿਤ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਮੁੰਡਾ ਬੜਾ ਤੇਜ਼ ਹੈ, ਬੜਾ ਸ਼ਾਰਪ ਹੈ। ਲਓ ਪੈਂਦੀ ਰੇਡ, ਆਓ ਸੱਜੇ ਖੱਬੇ ਵਾਈ ਦੀਆਂ ਡਾਜਾ ਹੈ। ਪਰ ਹਨੀ ਪੰਡਿਤ ਆਓ, ਮੁੰਡੇ ਦੇ ਡਿਫਰੈਂਟ ਜੇ ਅੰਦਾਜ਼ ਹੈ, ਉਧਰ ਚ ਬੜਾ ਪਿਆਰ ਹੈ, ਹੱਥਾਂ ਨੂੰ ਕਲੀ ਲਾਈ ਹੈ। ਇਸ ਨੌਜਵਾਨ ਦਾ ਵੀ ਕਹਿੰਦੇ ਇਸ ਸੀਜ਼ਨ ਦੇ ਵਿੱਚ ਬਹੁਤ ਵੱਡਾ ਨਾਮ ਹੈ, ਵਿਦੇਸ਼ਾਂ ਦੀ ਧਰਤੀ ਦੇ ਲਾ ਬੁੱਲੋ ਵਾਲੀਆ। ਇਹ ਪੰਡਿਤ ਹੈ ਹੁਸ਼ਿਆਰਪੁਰੀਆ, ਬੁੱਲੋ ਵਾਲ ਦੀ ਧਰਤੀ ਮੇਰੇ ਵੀਰੋ। ਸੁਰਿੰਦਰ ਸਿੰਘ ਸੋਟੀ ਦੀਆਂ ਗੱਲਾਂ ਹੋਈਆਂ, ਕਹਿੰਦੇ ਬੁੱਲੋ ਵਾਲ ਦੇ ਅੱਡੇ ਤੇ ਜਿਹੜੇ ਪੁਰਾਣੇ ਬੈਠੇ ਆ ਨਾ ਮੇਰੇ ਵੀਰੋ, ਜਾਣਕਾਰ ਉਹਨਾਂ ਨੂੰ ਪਤਾ ਹੈ ਵੀ ਬੁੱਲੋ ਵਾਲ ਦੇ ਅੱਡੇ ਤੇ ਕੀ ਕੁਝ ਹੋਇਆ। ਪਰ ਸਾਹਮਣੇ ਕਹਿੰਦੇ ਘੋੜਾ ਕੀਆ, ਕੌਣ ਖਿੱਚੂ ਗਿੱਟੇ, ਕੌਣ ਪਾਊਗਾ ਕਬੱਡੀ ਅੱਜ ਝੁੱਕ ਝੁੱਕ ਕੇ। ਜਿਹਨੇ ਪੰਡਾਂ ਦੇ ਵਿੱਚ ਜੋਰ ਮਿਲਦੇ ਗਿਆਨਾ ਜਿੱਤ ਕੇ, ਕਰਮਜੀਤ ਮਨੀਲਾ ਦੇ ਵੱਲੋਂ ਆਹ ਰੇਡ ਕਹਿੰਦੇ 500 ਦੀ ਪੈ ਰਹੀ ਹੈ। ਹਨੀ ਪੰਡਿਤ ਬੁੱਲੋ ਵਾਲੀ ਹੈ। ਲਓ ਗਗੜੇ ਵਾਲੇ ਬਿੱਲੇ ਦਾ ਮੁਕਾਬਲਾ ਸਖਤ ਹੈ, ਹਨੀ ਤੇ ਬਿੱਲੇ ਦੇ ਦਰਮਿਆਨ, ਹਨੀ ਤੇ ਬਿੱਲਾ, ਹਨੀ ਤੇ ਬਿੱਲਾ, ਹਨੀ ਤੇ ਬਿੱਲਾ। ਆਹ ਨੰਬਰ ਅੜੋ ਕੜੀ ਪੈਂਦੇ ਜਦੋਂ ਪੇਚੇ ਸੋਹਣਿਆ, ਆਹ ਦੂਰ ਹੁੰਦੇ ਦਿਲਾਂ ਦੇ ਭੁਲੇਖੇ ਸੋਹਣਿਆ। ਅਗਲਾ ਵੀ ਕੀ ਆਵੇ ਕੱਤੀ ਮੋੜਦਾ, ਆਹ ਰਾਜਾ ਤਿੰਨ ਰੇਡਾ ਗੁਰਪ੍ਰੀਤ ਵਿਰਕ ਵੱਲੋਂ 2500 ਦੀ ਪਹਿਲੀ ਪੰਡਿਤ ਦੀਆਂ ਤਿੰਨ ਰੇਡਾਂ 3100 ਦੀਆਂ ਜਸ ਯੂਐਸਏ ਵੱਲੋਂ। ਆ ਲਾਈਨ ਹਿਸਾਬ ਕਿੰਨਾ ਹੋ ਗਿਆ, 31 ਤੇ 25, ਮੇਰਾ ਖਿਆਲ ਆ ਵੀ 5500। 1100 ਰੁਪਇਆ ਨਰਪੈ ਸਿੰਘ ਭੋਲੇ ਦੀ ਯਾਦ ਵਿੱਚ ਕਰ ਦਿਓ। ਆਓ ਸਾਹਮਣੇ ਮਿੱਤਰੋ, ਪਹਿਲੀ ਰੇਡ ਮੇਰਾ ਖਿਆਲ ਆ ਵੀ 6-7000 ਦੀ ਪੈ ਗਈ ਹੈ, ਤੇ ਪੁਆਇੰਟ ਰੇਡਰ ਦਾ, ਪੁਆਇੰਟ ਹਨੀ ਪੰਡਿਤ ਦਾ। ਆਨੰਦ ਮਾਰ ਰਹੀ ਹੈ, ਠੰਡਾ ਬੁੱਲਾ ਆਇਆ ਸੁਖਰਾਜ ਰੋਡਿਆਂ ਵਾਲਿਆ ਹਵਾ ਦਾ। ਐਨ ਮੇਰੇ ਵੀਰੋ, ਜਦੋਂ ਖਿਡਾਰੀਆਂ ਦੇ ਪਿੰਡਿਆਂ ਨੂੰ ਛੋਹ ਕੇ ਲੰਘਦਾ ਨਾ, ਤੇ ਗੱਲ ਵੱਖਰੀ ਹੋ ਜਾਂਦੀ ਹੈ। ਜਦੋਂ ਮਾਣੂ ਕੇ ਗਿੱਲ ਵਾਲੇ ਸੇਵਕ ਦਾ ਕੈਮਰਾ ਚੱਲਦਾ ਹੈ ਵੀ ਇਸ ਵੇਲੇ ਬੁੱਲੋ ਵਾਲ ਦੀ ਧਰਤੀ ਦਾ, ਹੁਸ਼ਿਆਰਪੁਰ ਜ਼ਿਲ੍ਹੇ ਦਾ। ਆਓ ਸਾਹਮਣੇ ਕਹਿੰਦੇ ਮੁੰਡਾ 6-7000 ਦੀ ਪਹਿਲੀ ਰੇਡ ਪਾ ਕੇ ਵਾਪਸ ਗਿਆ, ਦੂਜੀ ਰੇਡ ਪਾ ਰਿਹਾ। ਪਰ ਗੱਲ ਸਮੇਂ ਦੀ ਹੋਣੀ ਹੈ ਮਿੱਤਰੋ, ਇੱਕ ਪਾਸੇ ਸਿਰਾ ਹੋਣ ਜਾ ਰਿਹਾ, ਜਫਾ 3100 ਲੱਗਣ ਜਾ ਰਿਹਾ। ਉਹ ਬਿੱਲੇ ਨੇ ਕਹਿੰਦੇ ਸਿਰਾ ਕਰਾਤਾ, ਇਹ 2500 ਗੁਰਪ੍ਰੀਤ ਵਿਰਕ ਵੱਲੋਂ। ਕੱਦੀ ਵਾਲੇ ਦੇ ਵਿੱਚ ਚਰਨਜੀਤ ਦੀ ਯਾਦ ਵਿੱਚ ਸਾਡੇ ਵੀਰ ਮੇਰੇ ਵੀਰੋ ਸਵਰਨੇ ਹੁਣੀ ਸੱਦਾ ਦੇ ਰਹੇ ਹੈ। ਪੰਡਤਾ ਪਾ ਕਬੱਡੀ, ਨੌਜਵਾਨਾਂ ਲਾ ਲਾ ਹੱਥਾਂ ਨੂੰ ਕਲੀ ਤੇ ਕਰੂ ਮੌਲਾ ਭਲੀ। ਆਹ ਜਵਾਨੀ ਰੇਡ ਤੇ ਚਲੀ, ਲੈ ਲਾ ਉੱਚਾ ਜਿਹਾ ਸਾਹ ਮਿੱਤਰਾ, ਲੈ ਲਾ ਉੱਚਾ ਜਿਹਾ ਸਾਹ ਮਿੱਤਰਾ। 1500 ਦੀ ਰੇਡ ਪਾ ਮਿੱਤਰਾ, 1500 ਦੀ ਰੇਡ ਪਾ ਮਿੱਤਰਾ, ਤੇ ਦੇ ਦੇ ਲੋਕਾਂ ਨੂੰ ਸਵਾਦ। ਇੱਕ ਪਾਸੇ ਬਿੱਲਾ ਬਿੱਲਾ ਤੇ ਹਨੀ ਪੰਡਿਤ, ਬੁੱਲੋ ਵਾਲੀਆ, ਬੁੱਲੋ ਵਾਲੀਆ ਪਾਣ ਲੈ ਕੇ ਵਾਪਸ ਗਿਆ। ਲੈ ਵੀ ਸੂਰੇ ਵਾਲੀਆ, ਨਰਪੈ ਸਿੰਘ ਭੋਲੇ ਧਾਲੀਵਾਲ ਦੇ ਪਰਿਵਾਰ ਵੱਲੋਂ ਆਨੰਦ ਆਇਆ ਪਿਆ ਕਿ ਪੈਰ ਉਖੜਦੇ ਜਾਂਦੇ ਵੀ ਸੱਤ ਗੱਜ ਦੀ ਧੱਕੇ ਦੀ, ਜ਼ੋਰ ਜਵਾਨੀ ਵਾਲਾ ਨੱਪਦਾ ਸ੍ਰੀ ਖੜੱਪੇ ਦੀ, ਜ਼ੋਰ ਜਵਾਨੀ ਵਾਲਾ ਨੱਪਦਾ ਸ੍ਰੀ ਖੜੱਪੇ ਦੀ, ਜ਼ੋਰ ਜਵਾਨੀ ਵਾਲਾ ਨੱਪਦਾ ਸ੍ਰੀ ਖੜੱਪੇ ਦੀ। ਆਓ ਸਾਹਮਣੇ, ਇੱਕ ਪਾਸੇ ਹਨੀ ਪੰਡਿਤ ਹੈ, 1500 ਦੀ ਰੇਡ ਪਾ ਰਿਹਾ ਹੈ। ਗੁਰਪ੍ਰੀਤ ਵਿਰਕ ਵੱਲੋਂ ਮਾਣ ਹੋਣਗੇ, ਪਹਿਲੀ ਰੇਡ ਹੈ, 1500 ਹੈ, ਪਹਿਲਾਂ 7000 ਦਾ ਜੱਫਾ ਖਾ ਬੈਠਾ, ਪਰ ਹੁਣ ਨਹੀਂ ਕਹਿੰਦਾ, ਤਾਰਿਆ ਨੰਬਰਦਾਰ ਹੈ। ਐਨ ਮੇਲੇ ਦੀ ਗੱਲ ਬਣ ਗਈ ਹੈ ਦੁਨੀਆ।